ਨੌਕਰੀ ਇਸ ਮੁਲਕਾਂ ਵਿੱਚ ਸੁਲਤਾਨ ਬੱਚਿਆਂ ਵਾਸਤੇ ਥੋੜ੍ਹਾ ਜਿਹਾ ਈਜ਼ੀ ਆ ਚੀਜ਼ ਦੁਖੀ ਵੀ ਜ਼ਿੰਦਗੀ ਤੱਕੀ ਹੈ ਸੁਖੀ ਵੀ ਤੱਕੀ ਹੈ ਹਰ ਗਮ ਸੁੱਖ ਤੱਕਿਆ ਪਰ ਇਸ ਕੰਟਰੀ ਨਾਲ ਮੈਂ ਨਾਇਸ ਲੱਗੀ ਹੁਣ ਮੈਨੂੰ ਟੂ ਪਾਕਿਸਤਾਨ ਵੀ ਨਾਇਸ ਹੈ ਪਾਕਿਸਤਾਨ ਵੀ ਗਈ ਨਾ ਵਾ ਪਰ ਜਿੱਥੇ ਰਹਿਣਾ ਨਾ ਉਹਨੂੰ ਯੂਸ ਹੋਈ ਗਈ ਸਾਰਾ ਕੁਛ ਠੀਕ ਹੈ ਅੱਗੋਂ ਅੱਗੋਂ ਜਿਹੜੀ ਲਾਇਫ ਹੈ ਉਹ ਵੀ ਅੱਲਾਹ ਕਰਿਆ ਤੇ ਇਹਦੀ ਗੁਜ਼ਰੀ ਜਾ ਤਾਂ ਠੀਕ ਹੈ ਤਾਂ ਆਪਣੀ ਦੁੱਖ ਸੁੱਖ ਤਾਂ ਆਏ ਨਾ ਜ਼ਾਹਿਰ ਹੈ ਉਹ ਤਾਂ ਹੋਣਾ ਨਾ ਤਾਂ ਹੁਣ ਤੁਸੀਂ ਆਪਣੀ ਜ਼ਿੰਦਗੀ ਤੋਂ ਜਿਹੜੀ ਇਹ ਕਾਰ ਹੈ ਕਿਸ ਵਕਤ ਆਪਣਾ ਗੁਜ਼ਾਰਨੇ ਕਿਆ ਕਰਨ ਰਹਿਣੇ ਦਿਹਾੜੀ ਵੀ ਬੱਚੇ ਸੰਭਾਲੋ ਸਕੂਲ ਛੋੜੋ ਆਉਣੋ ਕੱਪੜੇ ਧੋਇਓ ਸ਼ਾਪਿੰਗ ਕਰੋ ਹੋਰ ਕਿਆ ਕਰੋ ਹੁਣ ਇੰਗਲਿਸ਼ ਸਿੱਖ ਰਹੇ ਜਾਣੀ ਜਾਣੀ ਇੰਗਲਿਸ਼ ਬੋਲਣੀ ਛੱਡੀ ਜਾਣੀ ਬੋਲਣੀ ਸਿੱਖਣੀ ਇੰਗਲਿਸ਼ ਸਿੱਖਣ ਜਾ ਰਹੀ ਤਾਂ ਫਿਰ ਹੁਣ ਤੁਸੀਂ ਕਿਆ ਸਮਝਣਾ ਕੀ ਜ਼ਰੂਰਤ ਪਈ ਇਸ ਨੂੰ ਇੰਗਲਿਸ਼ ਸਿੱਖਣ ਦੀ ਜੀ ਪ੍ਰੋਬਲਮਾਂ ਪੈਣੀਆਂ ਬੱਚਿਆਂ ਨੂੰ ਜਾਂ ਸਾਰਾ ਕੁਝ ਸ਼ਾਪਿੰਗ ਕਰਨੇ ਜਾਓ ਨਾ ਕੁਝ ਅੱਛਾ ਜਿਹਾ ਫਿਰ ਬੰਦੇ ਕੀ ਸਾਰੇ ਆਖਦੇ ਕਿ ਇੰਗਲਿਸ਼ ਸਿੱਖੋ ਤਾਂ ਫਿਰ ਇੰਗਲਿਸ਼ ਥੋੜ੍ਹੀ ਹੋਰ ਟਰਾਈ ਕਰਨੀ ਹੈ ਤਾਂ ਕਿਤਨੇ ਵਾਰ ਜਾਣੇ ਹੋ ਕਿਆ ਵਿੱਚ ਦੋ ਵਾਰ ਚੁਰਦੇ ਮੈਂ ਉਸ ਦੇ ਤਾਂ ਤੁਸੀਂ ਕਿਆ ਸਮਝਣਾ ਕਿ ਸਮਝ ਲੱਗਣੀ ਹੈ ਅਸ਼ਨੀ ਹੈ ਹਾਂ ਚਲੋ ਫਿਰ ਵੀ ਟਰਾਈ ਜਾ ਰਿਹਾ ਟਰਾਈ ਜਾ ਰਹੀ ਹੈ ਕਰਨੇ ਹੈ ਬਚਪਨ ਨਾ ਕੁਛ ਅੰਮੀ ਅਪਰਾ ਕੇ ਸਾਥ ਹਾਂ ਮਾੜੇ ਤੰਗ ਕਰਨੀ ਸਾ ਮੈਂ ਵੀ ਪਰ ਮਾੜੇ ਮੰਮੀ ਅੱਬਾ ਜਾਣਾ ਚਾਹੀਦਾ ਫੇਵਰ ਕਰਨੇ ਸਾ ਸਾਰੇ ਬੱਚੇ ਨਾ ਘੁਲੋ ਨਾ ਫੇਰੋ ਇਹ ਸਾਰ ਕਰੋ ਸਾਰ ਕਰੋ ਪਰ ਮਿਗੀ ਜ਼ਿਆਦਾ ਮੈਂ ਉਹ ਜਣੀ ਸਭ ਬਈ ਕੀ ਮਿਗੀ ਕੀ ਆਖਣੀ ਹੋ ਗਈ ਇਹਨਾਂ ਕੀ ਆਖਣੇ ਵੀ ਘੁਲਣ ਮੈਂ ਕਹਿੰਦਾ ਜ਼ਿਆਦਾ ਥੋੜ੍ਹੀ ਘੁਲਣੀ ਹੋ ਤਾਂ ਜ਼ਿੰਦਗੀ ਵਿੱਚ ਮਾਂ ਪਿਓ ਵੀ ਕਈ ਵਾਰੀ ਫਿਰ ਆਪਣਾ ਗੱਲ ਆਖਣੇ ਸਨ ਜਿਹੜਾ ਬਈ ਬੱਚਿਆਂ ਕੀ ਤੱਪੀ ਜਾਣੇ ਮਾਂ ਪਿਓ ਵੀ ਇਹ ਸਟੋਰੀ ਹੈ ਜ਼ਿੰਦਗੀ ਮਾੜੇ ਮਾਂ ਪਿਓ ਨੇ ਤੂੰ ਵੀ ਅੱਗੋਂ ਮਾਰਨੇ ਮਿਹਨਤ ਮਾਰਨੀ ਪੈਣਾ ਸੋਣੀ ਉਹ ਮਾੜੇ ਹੋਰ ਸਜ਼ਾ ਤੇ ਚੜਨੇ ਸੀ ਮਿਹਨਤ ਇੱਕ ਨੀ ਮਿਲੀ ਅੰਮੀ ਨੇ ਬਹੁਤ ਜਾਤਾਂ ਦੱਸਣੀ ਬਈ ਤੂੰ ਵੀ ਅੱਗੋਂ ਮਾਰਿਆ ਕਰ ਮੈਂ ਭੁੱਲੀ ਨਾ ਸਕਦਾ ਚੰਗੇ ਲੱਗਣੇ ਉਹ ਕਦੇ ਮਾੜਾ ਕੋਈ ਕਰੀ ਵੀ ਜਾਣਾ ਕੋਈ ਖਾਏ ਤੇ ਮੈਂ ਆਣੀ ਕਿ ਮਾੜੀਆਂ ਬੜੇ ਇਹਨਾਂ ਵੀ ਲੱਗਣੀ ਖੋਲੀ ਉਹਨਾਂ ਨੇ ਕਰਨ ਵੀ ਲੱਗਣੀ ਹੈ ਕਿ ਇਹਨਾਂ ਕੀਤੀ ਹੈ ਫਿਰ ਇਹ ਸਭ ਕੀ ਹੋਣੀ ਹੈ ਬਈ ਉਹ ਕੀ ਜਮਾਣਾ ਨੇ ਸਾਰਾ ਇਹਨਾਂ ਨੇ ਇਹ ਕਰਨ ਵੀ ਤਾਂ ਮੈਂ ਇਹਨਾਂ ਕੁਝ ਨਹੀਂ ਕੀਤਾ ਉਹ ਕਰਨੇ ਤਾਂ ਵੀ ਮੈਂ ਕਹਿੰਦਾ ਨਾ ਕਰਨ ਤਾਂ ਮੈਂ ਉਹ ਮਾੜਾ ਨਹੀਂ ਠੀਕ ਕਈ ਸਭ ਮੈਂ ਕਰੀ ਜਾਣੀ ਹੈ ਉਹਨਾਂ ਤਾਂ ਅੰਮੀ ਅੱਬੇ ਵਿੱਚ ਵੀ ਮੈਂ ਜ਼ਿਆਦਾ ਆਪਣੀ ਡੈਡ ਕੀ ਲਾਇਆ ਸੱਚੀ ਗੱਲ ਅਜੇ ਵੀ ਬਾਣੀ ਇਹ ਨਹੀਂ ਬਾਣੀ ਸਟੋਰੀ ਸਟੋਰੀ ਸਾਰੇ ਬਣੀ ਕਿ ਵੀ ਮਾੜੀ ਮੈਂ ਜ਼ਿਆਦਾ ਜ਼ਿਆਦਾ ਜਾਣਾ ਆਪਣੇ ਪਿਓ ਨੂੰ ਬੁੱਕ ਕਰਦੀ ਮਾੜੀ ਅੰਮੀ ਆਣੀ ਤੂੰ ਤੂੰ ਮੈਂ ਤੁਹਾਡੀ ਮੈਂ ਸਹੀ ਮਾਂ ਜਾਣਾ ਮੈਂ ਅੰਮੀ ਵੀ ਕੋਈ ਪਤਾ ਨਹੀਂ ਇਹ ਨਹੀਂ ਸਮੇਂ ਮਾਰਨੇ ਕੋਲੋਂ ਜੋ ਕੀ ਵੀ ਆ ਪਰ ਮੈਂ ਬੱਬਾ ਦਾ ਦਾਦਾ ਵੀ ਕੁਛ ਨਹੀਂ ਲੱਗਦਾ ਤਾਂ ਇਹ ਮਾੜੀ ਸਟੋਰੀ ਕਿਹਾ ਜਾਣਾ ਹੁਣ ਵੀ ਮੈਂ ਬਣੀ ਹਾਂ ਜਿਹੜੇ ਜਿਹੜੇ ਬੰਦੇ ਵੀ ਚੰਗੇ ਲੱਗਣੇ ਆਪਣਾ ਚਾਚਾ ਵੀ ਚੰਗੇ ਲੱਗਣੇ ਸਨ ਅੱਬੇ ਨੇ ਭਰਾ ਜੀ ਹਾਂ ਤਾਂ ਕੁੱਖੀ ਮਿਗੀ ਨਹੀਂ ਸੀ ਚੰਗੀ ਲੱਗਣੀ ਕੁੱਖੀਆਂ ਮਾੜੀ ਲੱਗਣੀ ਸ਼ਾਦੀ ਵੀ ਪਹਿਲੇ ਜ਼ਮਾਨੇ ਨੇ ਹੋਣਾ ਸੀ ਉਸ ਤਰ੍ਹਾਂ ਹੁਣ ਰਹੇ ਕੁਝ ਨੀ ਪਾਕਿਸਤਾਨ ਪਰ ਮੈਂ ਚਾਹੁੰਦੀ ਹਾਂ ਕਿ ਉਸ ਤਰ੍ਹਾਂ ਪਹਿਲੇ ਸ਼ਾਦੀਆਂ ਲੋਕ ਕਰਨੇ ਇਸ ਤਰ੍ਹਾਂ ਹੈ ਫਿਰ ਮੈਂ ਉਹਨਾਂ ਕੀ ਵੀ ਸਹੀ ਜੀ ਸਭ ਗੋਟੀਆਂ ਮਰਾਨ ਬਣਨੇ ਸੀ ਤੱਪੋ ਹੁਣ ਉਹ ਮੋਲ ਵਾਸ਼ੇ ਕੋ ਨਹੀਂ ਇਸ ਤਰ੍ਹਾਂ ਮੈਂ ਲਾਇ ਕਰਦੇ ਤਾਂ ਫਿਰ ਜਿਹੜਾ ਕੋਈ ਪੁੱਛਣਾ ਹੋਣਾ ਸੀ ਵੀ ਤੂੰ ਨਨਿਆਲ ਨਹੀਂ ਲਾਇ ਕਰਦੀ ਹੈ ਜਾਂ ਦਾਦਕੇ ਅੱਗੇ ਜਾਂ ਮੈਂ ਤਾਂ ਆਪਣੇ ਦਾਦਕੇ ਹੀ ਲਾਇ ਕਰਦੀ ਮਾੜੀ ਨਾਣੀ ਕੁਰਸੀ ਲਾ ਲਓ ਮੈਨੂੰ ਜ਼ਿਆਦਾ ਮੈਂ ਆਪਣੇ ਦਾਦਕੇ ਨਾਲ ਠੀਕ ਕਰਾਂ
ਫੁੱਫੀ ਦਾ ਕੋਲ ਚਾਚਾ ਮਰਦਾ ਚਾਚਾ ਕਰ ਵੀ ਮੈਂ ਆਣੀ ਤਾਂ ਹਾਲਾ ਆਇਆ ਨੇ ਹਾਲਾ ਵੀ ਐਸਾ ਸਾਰੀ ਜੇ ਮੈਂ ਬਿਆ ਵੀ ਬੰਨ ਜਾ ਮਾਵੇਂ ਮਾਸਕਾਂ ਕੀ ਇਹ ਤਾਂ ਕੋਲ ਸਵੇ ਪਸੰਦ ਕਰ ਹੁਣ ਇੱਛਾ ਵੀ ਆਈ ਗਈ ਮਾਵੇਂ ਮਾਸਕੀਆਂ ਹੁਣ ਵੀ ਔਰ ਉਹ ਠੀਕ ਹੈ ਫਿਰ ਉਮਰਾਂ ਨਾਲ ਯਾਦ ਕਰ ਹੁਣ ਥੋੜਾ ਕਰਨਾ ਪੈਣਾ ਦੁਨੀਆ ਮੂੰਹ ਰੱਖੀ ਤੇ ਜੀ ਹਾਂ ਪਰ ਬਚਪਨ ਵਿੱਚ ਮੈਂ ਜ਼ਿਆਦਾ ਪਸੰਦ ਕਰਨੀ ਸੀ ਕਿ ਕੋਈ ਆਪਣੀ ਮਤਲਬ ਸਭ ਦਾ ਮਨਮਣੀ ਕਰਨਾ ਹੋਵੇ ਬਈ ਇੱਕ ਮਤਲਬ ਇਹ ਚੀਜ਼ ਦੀ ਸ਼ੌਕ ਹੈ ਉਹੀ ਮੈਂ ਪੂਰੀ ਕਰਨੀ ਹੈ ਤੇ ਮੈਂ ਫਿਰ ਉਹੀ ਅੰਮੀ ਵਾਲੀ ਅਰੇ ਰਸਤ ਤੂੰ ਜਿਹੜੀ ਗੱਲ ਤੂੰ ਕਰਨੀ ਹੈ ਤੂੰ ਪੂਰੀ ਮੈਂ ਅਸੀਂ ਇਹ ਗੱਲ ਮੈਨੂੰ ਚੰਗੀ ਲੱਗਿਆ ਮੈਂ ਉਹ ਕਰਨੀ ਹੈ ਜਿੰਨਾ ਚੰਗੀ ਲੱਗੇ ਮੈਂ ਕਰਾਂ ਇਹ ਵਾਲੀ ਸਟੋਰੀ ਹੈ ਇਹ ਓਨਲੀ ਨਹੀਂ ਹੈ ਸਹੀ ਸਟੋਰੀ ਹੈ ਨਹੀਂ ਹੈ ਤੇ ਹੁਣ ਜਿਹੜਾ ਤੁਸੀਂ ਆਪਣੇ ਬੱਚੇ ਨਾਲ ਉਹਨਾਂ ਚ ਤੁਸੀਂ ਸਾਰੀ ਹਾਤਾਂ ਨੂੰ ਹਾਂ ਨਾ ਬੱਚੇ ਵਿੱਚ ਅੱਜ ਬੜੀ ਬੜੀ ਮੁਰਾਂ ਕਿਤੇ ਖੜਿਆ ਇਹ ਗੁੱਡੇ ਹਾਂ ਤੇ ਜਿਹੜੀ ਉਹ ਨਿੱਕੀ ਕਿ ਉਸ ਕੀ ਦਾ ਹਮ ਜਨਾ ਉਹ ਆਪੋ ਮਸ ਪੜਿਆ ਨਾ ਸਾਰੀ ਸਮੇਂ ਨਿੱਕੀ ਵਾਲੇ ਕਰਨੀ ਸੇ ਖਾਸ ਮਾਰ ਤੇ ਬੀਜੇ ਤੁਸੀਂ ਨਹੀਂ ਹੈ ਨਾ ਕਿਸੇ ਨੇ ਗੇਰਾ ਹੋਣਾ ਜੇ ਕੋਈ ਮਾਰੀ ਹੋਈ ਜਾਂ ਨਾ ਬੋਲ ਲਾਂ ਤੇ ਜੇ ਮਸ ਪੜਾ ਨਿੱਕਾ ਹੋਇਆ ਇਹ ਸੇ ਚੇ ਸ਼ਰਾਬ ਤੇ ਗਏ ਇਹ ਕੀ ਦੇ ਵੀ ਕੁੜੀ ਨਾਲ ਇਹ ਵਾਲੇ ਭਰਾ ਵਾਲਾ ਸਾਹ ਜਿਸ ਦਾ ਵਾੜੀ ਭਰਾ ਕਰਨੇ ਤੇ ਨਾ ਬਈ ਸਾਈ ਦਾ ਤੁਸੀਂ ਸੰਗ ਸੋਚਨੇ ਕਿ ਕੁੜੀਆਂ ਜਿਹੜੀਆਂ ਨੇ ਬੱਚੇ ਜਿਹੜੇ ਨੇ ਤੁਸੀਂ ਨਾਲ ਆਪਣੀ ਜ਼ਬਾਨ ਸਹੀ ਬੋਲੀ ਕਿੰਨੇ ਸਮਝੀ ਜਾਂਦੇ ਆਪਣੀ ਜ਼ਬਾਨ ਨਾ ਆਪਣੀ ਜ਼ਬਾਨ ਵੀ ਤੇ ਇੰਗਲਿਸ਼ ਵੀ ਜੋ ਜਾਣ ਕਰਨੇ ਪਰ ਇਤੇ ਇੰਗਲਿਸ਼ ਵੀ ਨਹੀਂ ਨਹੀਂ ਪਰ ਆਪਣੀ ਜ਼ਬਾਨ ਤੇ ਮੈਂ ਸਹੀ ਨਾਲ ਮੈਂ ਪਤਾ ਹਾਂ ਆਪਣੇ ਪਰ ਇਹ ਬੋਲਣ ਨਹੀਂ ਵੀ ਨਾ ਵੀ ਆਪਣੀ ਜ਼ਬਾਨ ਸਮਝੀ ਜਾਣੀ ਸਮਝੀ ਜਾਣੀ ਤਾਂ ਅੱਗੇ ਪਿੱਛੇ ਵੀ ਜਿਹੜਾ ਜ਼ਰੂਰਤ ਨੇ ਪਿਆ ਬੋਲੀ ਕਿ ਨਹੀਂ ਨਹੀਂ ਵੀ ਹਾਂ ਅਨ ਬੋਲੀ ਕਿ ਨਹੀਂ ਨਹੀਂ ਕੀ ਪਤਾ ਸਾਰੀ ਇਹ ਜਿਹੜੀ ਇੰਗਲਿਸ਼ ਵੀ ਦਾ ਉਹ ਸਾਰਾ ਤਵਾ ਲੋਕ ਜਿ ਕਰਨੇ ਆ ਰਹੀ ਹੈ ਜਿਸੇ ਹੀ ਹੋ फिर दूई शादी की अल्लाह मियां औलाद को दुखी रहनी समी बच्चे को नहीं दुख सुख दुनिया औलाद वाली होना यह नहीं पर अल्लाह मियां अपने बच्चे दिते तो मैं वह आप ही ਮਾੜਾ ਬੱਚੇ ਬਾਹਰ ਜਾਣੇ ਸ਼ੌਕ ਡੇਟ ਦਿੱਤੀ 21 ਸਾਲ ਤੋਂ ਬਾਅਦ ਉਹਨੂੰ ਨੀ ਪਤਾ ਸਵਾਹ ਕਰੂਗੀ ਜ਼ਿਆਦਾ ਸ਼ੌਕ ਹੋਣੀ ਹੈ ਮਾੜੇ ਬੱਚੇ ਕੋਈ ਅੱਗੇ ਪਿੱਛੇ ਨੂੰ ਮੈਂ ਉਹ ਕਰਨਾ ਪਰ ਮੈਂ ਉਹਨਾਂ ਨੇ ਗੱਲ ਮਾੜੀ ਦਾ ਮੌਕਾ ਬਣਾਉਣੀ ਤੇ ਹੋਰ ਜ਼ਿੰਦਗੀ ਜਿਹੜੀ ਆ ਉਹ ਗੁਜ਼ਰੀ ਹੈ ਉਸੇ ਨਾਲ ਹੁਣ ਈਜ਼ੀ ਹੈ ਤੇ ਤੁਸੀਂ ਕਿਹੜਾ ਮੈਸੇਜ ਕਿਆ ਦੇਣੇ ਹੋ ਰਿਹਾ ਅਸਾਂ 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 ਕੀ ਕਿਆ ਕਰਨਾ ਚਾਹੀਦਾ ਦੋਸਤਾਂ ਨੇ ਬੱਚਿਆਂ ਦੀ ਜਾਂ ਅਸਾਂ ਕੀ ਕਰਨਾ ਕਰਨਾ ਚਾਹੀਦਾ ਕਿ ਬੱਚਿਆਂ ਕੀ ਖੁਸ਼ ਰੱਖੋ ਬੱਚਿਆਂ ਨਾਲ ਸਹੀ ਜਿਹੜੀ ਗੱਲ ਹੈ ਬੱਚਿਆਂ ਨੇ ਥੋੜ੍ਹੀ ਕਿਨੀ ਦੇ ਤਾ ਫਿਰੋ ਬੱਚਿਆਂ ਨੇ ਆਪਣੀ ਬਹੁ ਆਪਣੀ ਮਰਜ਼ੀ ਦੇ ਬੱਚੇ ਘੁੰਮਣਾ ਆਖਰ ਉਹਨਾਂ ਨੇ ਵੀ ਲਾਈਫ ਹੋਣੀ ਹੈ ਇੱਕ ਇਹ ਨਹੀਂ ਕਿ ਅਸਾਂ ਵਕਤ ਆਉਣੀ ਹੈ ਸਾਰਾ ਇਹ ਚੀਜ਼ ਹੋਈ ਗਈ ਹੈ ਅਸੀਂ ਕਰਨਾ ਚਾਹੀਦਾ ਇਹ ਕਰਨਾ ਚਾਹੀਦਾ ਜੇ ਉਹ ਆਖਣ ਕਿ ਅਸਾਂ ਸ਼ਾਦੀ ਕੁਤਵਜ਼ ਕਰਨਾ ਚਾਹੁੰਦੇ ਹਾਂ ਉਹਨੇ ਆਹੋ ਠੀਕ ਆ ਮਾਂ ਪਿਓ ਰੱਖਾ ਮੈਂ ਨਾਮ ਲੈ ਜਾਓ ਕੁਝ ਬੱਚਿਆਂ ਕੋਲ ਮਨਾਓ ਕੁਝ ਉਹਨਾਂ ਨੂੰ ਮੰਨਣੀਆਂ ਨਹੀਂ ਪੈਂਦੀਆਂ ਇਹ ਨਹੀਂ ਕਿ ਸਾਰੀਆਂ ਖੁਦ ਸਾਰੀਆਂ ਮੰਨਣ ਉਹਨਾਂ ਨੂੰ ਨਹੀਂ ਮਿਲਣੀਆਂ ਪੈਂਦੀਆਂ ਇਸ ਗੱਲ ਵਿੱਚ ਆ ਕੇ ਬੱਚਿਆਂ ਪਰ ਇਤਨੀ ਸਖਤੀ ਹੋ ਗਈ ਹਰ ਇਨਸਾਨ ਕੀ ਖੁਸ਼ ਰੱਖੇ ਦੁਖੀ ਨਾ ਕਰੇ ਦੁੱਖ ਸੁੱਖ ਵਿੱਚ ਖੁਸ਼ੀ ਹੈ ਤੇ ਦੁੱਖ ਜਿਹੜਾ ਵੀ ਹੈ ਉਸੇ ਵਿੱਚ ਕਈ ਵਾਰੀ ਅਸੀਂ ਅਸੀਂ ਬਾਹਰ ਟਾਈਮ ਆਈ ਜਾਣ ਕਿ ਬੰਦਾ ਇਸ ਸਖਤੀ ਚੱਲੀ ਨਹੀਂ ਸਕਦਾ ਖੁਸ਼ ਰਹਿਣਾ ਚਾਹੀਦਾ ਲਾਈਫ ਇਹ ਚਾਰ ਜਿਹੜੀ ਜ਼ਿੰਦਗੀ ਆ ਖੁਸ਼ ਰਹਿਣਾ ਹਰ ਇਨਸਾਨ ਪਰ ਅੱਲਾਹ ਤਾਲਾ ਖੁਸ਼ੀ ਹੈ ਠੀਕ ਹੈ ਜੀ ਕਿਆ ਪਤਾ ਸਕਾ ਕੇ ਤਾਂ ਸੀ ਨਾ ਜੀ ਉਹ ਕੋਈ ਦੇ ਦੇ ਦੱਸਿਆ ਤਾਂ ਕਹਿੰਦਾ ਇਹ ਬੋਲ ਮਾਮੀ ਇਸ ਨਾ 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 ਉਹ ਬਾਅਦ ਪਰ ਸੀ ਨਾ